ओके 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 मैच स्टार्ट है जी। दूजा सेमीफाइनल मैच एक पासे पंजाब केसरी क्लब दी टीम ते जित्तण वाली टीम ने कहंदे मोटरसाइकिल दे नेड़े हो जाना गल ये भी पक्की है वड्डे नाम ते मोहर लगनी है। एक पासे खेडो पंजाब स्पोर्ट्स क्लब रौली दी टीम दूजे पासे पंजाब केसरी क्लब दी टीम है नाल कहंदे आ गया सेंटर च जस्सू दा कहंदे नत्थू वाला गर्भी पिंड है सुखे दा कहंदे थमण वाला पिंड है फतेहगढ़ पंज तूर पिंड है कहंदे बगलूगा ते सुनिया पिंड है कहंदे दमणे दा ਹਰੇਕ ਬਲਾਕ ਤੇ 500 ਠੀਕ ਹੈ ਜੀ ਗਿੱਲ ਸਾਹਿਬ ਸੁਖਨੈਣ ਸਿੰਘ ਗੱਲ ਜ਼ਰੂਰ ਜੀ ਬਾਈ ਉਧਰ ਆਈ ਪੀ ਐਸ ਦਾ ਵੀ ਧੰਨਵਾਦ ਔਰ ਸਾਹਿਬ ਤੇਜਾਂ ਦਾ ਵੀ ਧੰਨਵਾਦ ਤੇ ਜਸਵਿੰਦਰ ਢਿੱਲੋਂ ਸਾਹਿਬ ਦਾ ਅੱਜ ਵੱਖੋ ਵੱਖਰੇ ਤੇਜਾਂ ਦੇ ਜਾਂ ਟੂਰਨਾਮੈਂਟ ਜਿਹੜਾ ਲਾਈਵ ਕਰ ਰਹੇ ਸਾਡੇ ਭਰਾ ਸਭ ਦਾ ਆਪਾਂ ਧੰਨਵਾਦ ਕਰਦੇ ਹਾਂ ਜੱਸੂ ਨੱਥੂਆ ਗਰਮੀ ਵਾਲਾ ਸੈਂਟਰ ਤੇ ਖੇਡਦਾ ਤੇ ਇੱਕ ਸਾਈਡ ਮੁੰਡਾ ਆਹ ਮੁੰਡਾ ਬਬਲੂ ਹੈ ਪੰਜ ਕਿਲੋ ਵਾਲਾ ਪਟੋਰੀ ਵਾਲੇ ਬਿੱਲੂ ਦਾ ਆਪਣਾ ਉਸਤਾਰ ਹੁੰਦਾ ਹੈ ਤੇ ਉਧਰਲੇ ਪਾਸੇ ਬਿੱਲੂ ਖੇਡਦਾ ਇੱਧਰਲੇ ਪਾਸੇ ਕੌਣ ਖੇਡਦਾ ਬਬਲੂ ਆਹ ਮੁੰਡਾ ਖੱਪਣ ਵਾਲੇ ਦਾ ਇਹ ਵੀ ਢਿੱਲੋਂ ਦਾ ਮੁੰਡਾ ਹੈ ਇਹਦੀ ਵੀ ਬੜੀ ਚਰਚਾ ਅੱਜ ਕੱਲ੍ਹ ਚੁੱਕਾ ਥਮਣ ਵਾਲੀ ਆ ਜਗਦੀਪ ਢਿੱਲੋਂ ਮਾਂ ਕਰਦਾ ਆ ਗੱਭਰੂ ਦੀ ਖੇਡਦੇ ਤਾਂ ਰੌਲੀ ਵਾਲਾ ਨੀ ਹੁੰਦਾ ਅੱਜ ਕਹਿੰਦੇ ਇਹ ਮੁੰਡਾ ਟੱਕੇ ਕੋਈ ਕਰੇ ਜਾ ਰਿਹਾ ਰੌਲੀ ਵਾਲੇ ਸੰਦੀਪ ਨੇ ਨੰਬਰ ਲਾਵਾਂ ਦਾ ਇਲਾ ਕਰਦਾ ਸਵੇਰਾ ਮੈਚ ਪਹਿਲਾਂ ਸੈਮੀਫਾਈਨਲ ਖੇਡਿਆ ਗਿਆ ਪਨਿਹਾਰੀ ਤੇ ਖੰਜਰ ਵਾਲ ਦੀਆਂ ਟੀਮਾਂ ਦਾ ਐਨ ਲੋਕਾਂ ਨੇ ਕੰਮ ਗੱਲਾਂ ਜ਼ਰੂਰ ਕਰਨੀਆਂ ਕਿਉਂਕਿ ਦਾ ਮੈਚ ਇੰਨਾ ਰੌਲਾ ਆਪਾਂ ਪਹਿਲਾਂ ਕਦੇ ਮੈਚ ਦੇ ਵਿੱਚ ਨਹੀਂ ਦੇਖਿਆ ਮੁਕਾਬਲੇ ਵੇਖੇ ਵੇਖੇ
ਦੋਲਜਾ ਜਾਣ ਵਾਲਾ ਹੋ ਗਿਆ ਇਹ ਵੀ ਮੁੰਡਾ ਜਿਹੜੇ ਖਰੀਦ ਹੋ ਰਹੇ ਚੱਲ ਕੇ ਆਇਆ ਹੈ ਪਹਿਲਾਂ ਕਾਜਾ ਵਾਲੀ ਦਾ ਬਿੱਟੂ ਖੇਡਾਂ ਦੇ ਵੱਲੋਂ ਸਮਾਂ ਦੇ ਵੀ ਸਥਾਨ ਹੁੰਦਾ ਹੈ ਬੁੱਢਾ ਜੰਗਵਾਲੀ ਦਾ ਅੱਜ ਵੱਡਾ ਹਿੱਸਾ ਬਣਿਆ ਹੋਇਆ ਖੇਡ ਪੰਜਾਬ ਕਲੱਬ ਰੌਲੀ ਦੀਆਂ ਟੀਮਾਂ ਉਹਨਾਂ ਦੇ ਪਾਸੇ ਖੇਡੋ ਪੰਜਾਬ ਕਲੱਬ ਭਰਿਆਰੀ ਟੀਮ ਜਿਹੜੀ ਸਮੇਂ ਚ ਪ੍ਰਵੇਸ਼ ਕਰ ਚੁੱਕੀ ਹੈ ਹੁਣ ਦੇਖਦੇ ਹੈ ਕਿੱਥੋਂ ਜਿਹੜੀ ਕਲੱਬ ਦੇ ਖਿਡਾਰੀ ਖੇਡਣਗੇ ਤੇ ਜਾਂ ਫਿਰ ਗੱਲਾਂ ਬਾਤਾਂ ਹੋਰ ਹੋਣਗੀਆਂ ਵੀ ਸਮੇਂ ਦੀਆਂ ਗੱਲਾਂ ਹੋਣਗੀਆਂ ਸਮਾਂ ਬੜਾ ਹੀ ਸਮਰਾਸਾ ਹੈ ਸਮਾਂ ਬੜਾ ਬਰਬਾਦ ਹੈ ਚੋਟੀ ਦਾ ਮੈਚ ਤੇ ਜੱਟੇ ਮੁੰਡਾ ਕੌਣ ਖੇਡਦਾ ਇਧਰਲੇ ਪਾਸੇ ਨਥੂਆ ਗਰ ਦੀ ਟੀਮ ਦੀ ਇਹਦਾ ਕਨਾਲ ਪਿੰਡ ਹੈ ਜਸੋਂ ਦੇ ਮੱਲੀ ਵਰਗਿਆਂ ਨੇ ਵੀ ਪਿਛਲੇ ਦਿਨ ਚੰਡੀਗੜ੍ਹ ਦਾ ਟੂਰਨਾਮੈਂਟ ਕਰਵਾਇਆ ਹੈ ਆਪਾਂ ਮੁੰਡਾ ਗੰਗਾ ਦੇ ਵਾਲਾ ਅੱਜ ਵੀ ਮੁੰਡਾ ਹੈ ਕਿ ਮੁੰਡਾ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਇਹ ਰੱਬਾ ਵੀ ਰੱਬਾ ਤੁਸੀਂ ਵੀਰ ਦੋ ਟੀਮ ਦੀ ਇੱਕ ਹੌਂਦਾਰ ਇੱਕ ਪਵਾਰੀ ਤੇ ਪਰਦੋ ਆ ਜਾਂਦੀ ਸੀ ਨਾ ਹੁੰਦੀ ਪੁਲਿਸ ਸਰਕਾਰੀ ਪਰਦੋ ਆ ਜਾਂਦੀ ਜੇ ਨਾ ਹੁੰਦੀ ਪੁਲਿਸ ਸਰਕਾਰੀ ਲੈ ਵੀ ਬੁੱਢਿਆ ਮਾਰ ਦੇ ਕੋਈ ਲਾਲ ਵਾਲੇ ਪਾਸੇ ਚੰਗਾ ਰਹੇ ਵਾਲਾ ਐਂ ਕਹਿੰਦੇ ਮੁੰਡਾ ਲੜਾ ਪਾਣੀ ਬੰਦਾ ਹੋ ਜਾ ਰਿਹਾ ਜੱਸੂ ਨੇ ਕਹਿੰਦੇ ਆ ਮਰੀ ਹੋਈ ਵਾਲ ਪੁੱਟੀ ਇੱਕ ਵਾਰੀ ਤਾੜੀ ਲਾਉਣ ਲਈ ਜੱਸੂ ਕਿਹੜੇ ਖਿਡਾਰੀ ਤਿਆਰ ਕਰਦੇ ਆ ਜੱਸੂ ਨੱਥੂਆ ਗੱਡੀ ਵਾਲਾ ਇਹ ਵੀ ਮੁੰਡਾ ਸਿਰੇ ਦੇ ਡਿਫੈਂਸਾਂ ਦੇ ਉੱਤੇ ਨਾਮ ਆਉਂਦਾ ਹੈ ਕਿ ਜੱਸੂ ਨੱਥੂਆੜੀਏ ਤੇ ਯਾਰੋ ਫੈਨ ਹੱਦੋਂ ਵੱਧ ਨੇ ਸਾਨੂੰ ਨੇ ਵੀ ਦੁਨੀਆਂ ਨਾਲ ਆਪਣੇ ਜਨਮ ਦਿੱਤੀ ਔਰ ਲੁੱਟੇ ਮੇਲਾ ਟੱਪੇ ਬੁਲਾ ਕੇ ਲੋਕੇ ਨੇ ਵੀ ਗੁੱਡੀ ਯਾਰੋ ਪੰਗਰਾਂ ਦੀ ਤੰਗਤੀ ਫਿਰ ਉਹ ਸਾਰੇ ਦਿੱਲੀ ਦਾ ਕੰਪਿਊਟਰ ਗਵਾ ਕਹਿੰਦੇ ਤੇ ਜਿੰਨੀ ਕਰਾਂ ਸਿਰ ਤੋਂ ਥੋੜੀ ਤਰਸੇਮ ਦੇ ਜੰਪ ਦੀ ਤਰੁੰਡੀ ਵਾਲਾ ਜੀਤ ਕੀ ਮੈਚ ਕੱਲਾ ਹੀ ਹਾਰ ਦੇ ਤੇ ਵੱਜੀ ਵਾਲ ਰਾਸੀ ਪਾਸੇ ਡੋੜ ਵਾਲੀ ਗੱਜਦੀ ਵੱਜੀ ਵਾਲ ਰਾਸੀ ਪਾਸੇ ਡੋੜ ਵਾਲੀ ਗੱਜਦੀ ਪੰਜੇਟਿਆਂ ਦਾ ਸੋਨੀ ਜੀ ਹਰ ਥਾਂ ਤੇ ਚੰਗਾ ਖੇਡਦਾ ਪੰਜੇਟਿਆਂ ਦਾ ਸੋਨੀ ਹਰ ਥਾਂ ਤੇ ਚੰਗਾ ਖੇਡਦਾ ਜਨੇਲ ਕੁੜੀਆਂ ਰਣਜੀਤ ਦਿਲੀ ਲਾਰ ਅਜੜੀ ਤੇ ਬੋਲੇ ਦਰਸ਼ਾ ਤਰੁੰਡੀ ਜੀ ਦਾ ਪਿੰਡ ਖੂਬੀ ਕੀਲੇ ਵਿੱਚ ਕਿਹੜੀ ਤਰਮ ਕਲੇਰ ਦੀ ਆ ਦੱਸਦੀ ਤਰਮ ਕਲੇਰ ਦੀ ਆ ਦੱਸਦੀ ਉਹ ਵੀ ਬੈਠਾ ਕਲੇਰ ਦੀ ਇਹਨਾਂ ਮੈਚਾਂ ਦਾ ਲਾਈਵ ਨਾਲ ਲਾ ਰਿਹਾ ਆਪਾਂ ਧੰਨਵਾਦ ਕਰਦੇ ਹਾਂ ਭਰਾ ਦਾ ਵੀ ਜਿੰਨੀ ਵੀ ਸਮੇਂ ਜਿਹੜੀ ਲਾਈਵ ਜੁੜੀ ਹੋਈ ਆ ਵਾਲੀਬਾਲ ਪੰਜਾਬ ਦੀ ਗਿਰਜਾ ਤੋਂ ਲੱਗੀ ਆ ਸਭ ਲਈ ਧੰਨਵਾਦ ਕਰਦੇ ਹਾਂ ਆਪਾਂ ਉੱਥੇ ਆਈਪੀਐਸ ਦਾ ਵੀ ਧੰਨਵਾਦ ਜਿਹੜਾ ਇਹਨਾਂ ਬੱਚਿਆਂ ਨੂੰ ਲਾਈਵ ਕਰਦੇ ਆ ਸਕੋਰ ਦੱਸਦੇ ਵੀਰੇ ਇੱਕ ਮਿੰਟ ਹਰਕਮਲ ਹਰਕਮਲ ਬਾਈ ਸਕੋਰ ਦੱਸਦੇ ਇੱਕ ਮਿੰਟ ਪੰਜ ਪੁਆਇੰਟ ਰੌਲੀ ਦੇ ਤਿੰਨ ਪੁਆਇੰਟ ਨੱਥੂ ਵਾਲੇ ਦੇ ਪੰਜ ਪੁਆਇੰਟ ਰੌਲੀ ਦੇ ਤਿੰਨ ਪੁਆਇੰਟ ਨੱਥੂ ਵਾਲਾ ਗਰਬੀ ਚੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਪੰਡੋਰੀ ਵਾਲਾ ਬਿੰਦੂ ਜੇ ਰੌਲੀ ਵਾਲੇ ਨੂੰ ਦੀਪ ਨਾਲ ਧੱਕੀ ਕਹੀ ਜਾ ਰਹੀ ਹੈ ਅੜੇ ਮੈਚਾਂ ਵਿੱਚ ਵੀ ਜਾਂਦਾ ਪਾਨਾ ਲਗਾਤਾਰ ਮਾਰੀ ਜਿਹੜੇ ਮੋਗੇ ਵਿੱਚ ਪਿੰਡ ਪੰਡੋਰੀ ਅੱਡਦਾ ਤਲਵੰਡੀ ਵਾਲਿਆ ਡਿਫੈਂਸਰਾਂ ਨੂੰ ਦੇਖਦਾ ਚਪਾਉਂਦਾ ਬਿੱਲੂ ਦਾ ਪਰੇ ਰੱਖਦਾ ਪਰ ਇਧਰਲੇ ਪਾਸੇ ਸੁਰਖਾਂ ਦੀ ਮੁੰਡਾ ਢਿਲਾਉਂਦਾ ਇਹ ਵੀ ਮੁੰਡਾ ਅੱਜ ਕੱਲ੍ਹ ਕਹਿੰਦੇ ਐਨ ਖੇਡ ਗਰਾਊਂਡਾਂ ਦੀ ਸ਼ਾਨ ਆਉਂਦਾ ਲੋਕੀ ਬੜੀ ਉਡੀਕ ਕਰਦੇ ਆ ਆਹ ਮੁੰਡਾ ਹੈ ਇਹ ਵੀ ਢਿਲਾਉਂਦਾ ਸੁੱਖਾ ਮੁੰਡੇ ਦਾ ਨਾਮ ਹੈ ਤੇ ਢਿਲੋਂ ਬੋਲਦਾ ਹੈ ਦਮਣਾ ਖੇਡਦਾ ਸੋਹਣਾ ਵਾਲਾ ਇਹਨੂੰ ਵੀ ਚੀਨ ਦੀ ਕੰਧੇ ਤੌਰ ਤੇ ਜਾਣਦੇ ਹੈ ਇਧਰਲੇ ਪਾਸੇ ਚੜ੍ਹਦੀ ਕੌਮ ਦਾ ਖਿਡਾਰੀ ਬਹੁਤ ਮਾਰਦਾ ਬਾਲਾ ਲੈ ਵੀ ਚਲਾਣਾ ਵਾਲਿਆ ਹੋ ਗਿਆ ਤੈਨਾਂ ਜੇ ਬਾਲ ਨੂੰ ਹੱਥ ਲੱਗ ਜਾਂਦਾ ਨਾ ਤੇ ਪੱਕਾ ਹੀ ਸਕੋਰ ਜਿਹੜਾ ਸੀਗਾ ਉਧਰਲੇ ਪਾਸੇ ਸੁੱਖੇ ਦੇ ਬਾਲ ਲੱਗੀ ਹੈ ਤਾਂ ਸੇਮ ਇਹ ਵੀ ਮੁੰਡਾ ਚੰਗੀ ਹੁੰਦਾ ਸੁੱਖਾ ਜਿਹੜਾ ਗੱਤੀ ਕਰ ਦਿੱਤਾ ਪਰ ਕੋਈ ਗੱਲ ਨੀ ਪਛਤਾਉਣ ਦੀ ਕੋਈ ਲੋੜ ਨੀ ਸਿੱਖਿਆ ਤੇਰਾ ਤੁੱਕ ਦਾ ਮੇਲਾ ਵੀ 12 ਸਾਲਾਂ ਬਾਅਦ ਆਉਣਾ ਹੈ ਕਸਤੀਆਂ ਨੇ ਕਹਿੰਦੇ ਐਨ ਬੱਲੇ ਬੱਲੇ ਚੱਲ ਰਹੀ ਹੈ ਤੇ ਪੈਰਾਂ ਹੇਠ ਜਾ ਰੂ ਕਿਹਦੇ ਮੱਚਦੀ ਆ ਅੱਗ
ਮਾਰ ਕੇ ਸਮੈਸ ਜਿਹਾ ਨੂੰ ਮਿੱਟੀ ਦਿੰਦਾ ਕੱਢ ਜਗਾ ਨਗਰ ਦੇ ਕੋਲ ਪੰਜਾਬ ਸਾਡੀ ਯਾਦ ਆ ਅੰਧੀ ਐ ਫੋਰਸ ਇਹ ਮਾਨਾਂ ਵਿੱਚ ਮਾਰਦਾ ਘੋੜੇ ਵਾਂਗੂ ਭਜਦਾ ਵੇਖਿਆ ਨੀ ਥੱਕਦਾ ਰੱਬ ਕੇ ਸੁਨੱਖਾ ਜਦੋਂ ਬੜਾ ਹੀ ਐ ਖੋਲਦਾ ਰੱਬ ਕੇ ਸੁਨੱਖਾ ਜਦੋਂ ਬੜਾ ਹੀ ਐ ਖੋਲਦਾ ਲੇਕਿਨ ਸਿਫਤਾਂ ਕਨੇਰ ਇਹਦੀ ਸਿਰੇ ਦੀ ਆ ਗੇਮ ਤੇ ਵਾਲੀਬਾਲ ਦੇ ਜਹਾਜ਼ ਦਾ ਨਾਉ ਹੈ ਤਰਸੇਮ ਵਾਲੀਬਾਲ ਦੇ ਜਹਾਜ਼ ਦਾ ਨਾਉ ਹੈ ਤਰਸੇਮ ਪਰ ਅਗਰ ਪੰਡੋਲੀ ਵਾਲਾ ਐਨ ਕਹਿੰਦੇ ਮੁੰਡਾ ਅੱਜ ਪੂਰੇ ਜਾਮੂ ਜਲਾ ਕੇ ਫਿਰ ਰਿਹਾ ਅੱਜ ਕਹਿੰਦੇ ਸਿਰਾ ਕਰਵਾਈ ਆ ਰਿਹਾ ਪਰ ਪੰਡੋਲੀ ਵਾਲਾ ਹੈ ਵੀ ਉੱਤੋਂ ਹੋ ਜਾ ਸਕਦਾ ਹੈ ਧੰਨਵਾਦ ਕਰਾਂਗੇ ਪੁਆਇੰਟ ਰੌਲੀ ਦੇ 3 ਪੁਆਇੰਟ ਨਥੋਲਾ ਗਰਬੀ ਦੇ ਤਿੰਨ ਅੱਠ ਚਾਲੀਆਂ ਚੋਂ ਨੰਬੜਨਾ ਧੀਆਂ ਦੇ ਭਰੂਣ ਤੂੰ ਚੰਬਰੇ ਚੁੱਖਾਂ ਤੋਂ ਦੂਰ ਰਹਿਣ ਰਾਤਾ ਮੇਰਿਆ ਇਸੇ ਤਰ੍ਹਾਂ ਪੈਰਾਂ ਵਿੱਚ ਹੋਗਣ ਕੁਆਰੀਆਂ ਤੇ ਨਾਹੀ ਮਾਪਿਆਂ ਦੇ ਸਿਰਾਂ ਤੱਕ ਵਿਦੇਸ਼ ਸਿੰਘ ਢਿੱਲੋਂ ਜੀ ਵੈਲਕਮ ਥੈਂਕ ਯੂ ਸੋ ਮਚ ਜੀ ਵਿਦੇਸ਼ ਸਿੰਘ ਢਿੱਲੋਂ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਇੱਕ ਟੀਮ ਤੁਹਾਡੀ ਫਾਈਨਲ ਚ ਪਹੁੰਚ ਗਈ ਹੈ ਰੋਟੀ ਟੁੱਕ ਨੂੰ ਨਾ ਮਿਲ ਗਈ ਕੋਈ ਰੱਜੜਾ ਗਰੀਬ ਨਾ ਤੇ ਵੀ ਸਾਨੂੰ ਢਿੱਡ ਭਰ ਲੈਣ ਰੱਬਾ ਮੀਰਿਆ ਪੈਸੇ ਕਰਕੇ ਨਾ ਭਰਾ ਨੂੰ ਭਾਈ ਕੋਈ ਮਾਰ ਦੇ ਨਾ ਹੀ ਤਰੀਕਾ ਹੀ ਕਚਹਿਰੀ ਜਾਂ ਤੇ ਪਹਿਣ ਰੱਬਾ ਮੀਰਿਆ ਦੁੱਖ ਤਕਲੀਫਾਂ ਮੁਕਤ ਜਾਣਗੀਆਂ ਹਮੇਸ਼ਾ ਫੁੱਲ ਖੁਸ਼ੀਆਂ ਦੇ ਹਮੇਸ਼ਾ ਖਿੜੇ ਰਹਿਣ ਰੱਬਾ ਮੀਰਿਆ ਫੁੱਲ ਖੁਸ਼ੀਆਂ ਦੇ ਹਮੇਸ਼ਾ ਖਿੜੇ ਰਹਿਣ ਰੱਬਾ ਮੀਰਿਆ ਖੁਸ਼ੀ ਕੋਕੇ ਵਾਲੇ ਹੋਈ ਕੀਆਂ ਲਿਖੀਆਂ ਹੁੰਦੀਆਂ ਲੈਣਾ ਲੋ ਇਧਰ ਪਰਦੇ ਗੜੀ ਆ ਗਏ ਤੇ ਬਹੁਤ ਹੈ ਖੇਡ ਦੇ ਮੈਦਾਨ ਦੇ ਵਿੱਚ ਇਧਰ ਤਲਵੰਡੀਆ ਦਰਸ਼ਾਲ ਸਾਡੀ ਜ਼ਿੰਦਗੀ ਦਾ ਪਿਆਰਾ ਵੀਰ ਸੋਹਣੀਆਂ ਬੋਲ ਹਾਂਜੀ ਪੁੱਤਰ ਫੋਰਸ ਵਾਲੇ ਵੀਰ ਕਹਿੰਦੇ ਆਪਾਂ ਇਕਬਾਲ ਦਾ ਵੱਡਾ ਮਾਣ ਕਰਾਂਗੇ ਉਸ ਗਵੰਡੀ ਖਿਡਾਰੀ ਦਾ ਕਹਿੰਦੇ ਆਪਾਂ ਵੱਡਾ ਮਾਣ ਪੁੱਤਰ ਫੋਰਸ ਵਾਲੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਹਾਂਜੀ ਹਾਂਜੀ ਬਿਲਕੁਲ ਢਿੱਲੋਂ ਸਾਹਿਬ ਲੋ ਮੁਕਾਬਲਾ ਕਹਿੰਦੇ ਐਂਡ ਕਿਉਂਟੀ ਦਾ ਬਿਲਕੁਲ ਦੇ ਵਿੱਚ ਹੈ ਕਿ ਯਾਰੀ ਵਿੱਚ ਨਵੇਂ ਬਤੂਸਾ ਨਹੀਂ ਉਹ ਵੇਖੀ ਦੇ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਹੀ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਸੋਹਣਾ ਖੇਡ ਰਹੀਆਂ ਟੀਮਾਂ ਤੁਹਾਡੀਆਂ ਪਿਆਰਿਆਂ ਦਾ ਦਿਲ ਨਹੀਂ ਉਹ ਸੋਹਣਾ ਲੋ ਟੂਟੀ ਦਾ ਮੈਚ ਉਧਰ ਟਾਈਮ ਆਊਟ ਜਿਹੜਾ ਹੋਇਆ ਤੇ ਨਾਲ ਹੀ ਸੇਮਾ ਸਾਡਾ ਪ੍ਰਾਇਕ ਵਾਲੀ ਬੰਦਾ ਵੀ ਜ਼ਰੂਰ ਸਮਝ ਪਾਵੇਗਾ ਸੇਮਾ ਬੋਡੇ ਜੀ 9 ਤੇ 5 ਦਾ ਮੁਕਾਬਲਾ 4 ਦਾ ਫਰਕ ਹੈ ਪਰ ਟੀਮ ਜਿਹੜੀ ਉਹਨਾਂ ਪਾਸੇ ਵੀ ਤਜਰਬੇ ਵਾਲੀ ਹੈ ਜੱਸੂ ਖੜਾ ਹੈ ਕਿ ਹਾਲੇ ਤਾਂ ਯਾਰ ਮੈਦਾਨ ਦੇ ਵਿੱਚ ਨੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਦਾ ਮੈਚ ਜਿਹੜਾ ਪਹਿਲਾਂ ਵੀ ਖੇਡਿਆ ਗਿਆ ਅੱਜ ਦੋਨੇ ਜਿਹੜੀਆਂ ਮੌਕੇ ਜਿਹੜੇ ਦੀਆਂ ਟੀਮਾਂ ਖੇਡਣੀਆਂ ਕਿਉਂਕਿ ਦਾ ਮੈਚ ਹੁਣ ਦੇਖਾਂਗੇ ਕਿਹੜੀ ਟੀਮ ਨੇ ਜਿੱਤਣਾ ਤੇ ਕਿਹੜੇ ਨੇ ਸਿੱਖ ਕੇ ਪੂਰੀਆਂ ਕੋਲ ਪਹੁੰਚਣਾ ਹੈ
ਇਹਦੀ ਗੱਲਾਂ ਸਮੇਂ ਦੀਆਂ ਹੋਣਗੀਆਂ ਤੇ ਸਮੇਂ ਜਿਹਾ ਬਲਵਾਨ ਤੇ ਨਾ ਬਲਵਾਨ ਕੋਈ ਬੰਦੇ ਪਾਸੇ ਬੰਦੂ ਨੂੰ ਗਲਤੀ ਕਰ ਬੈਠਾ ਮੇਰੇ ਗੱਲ ਤੋਂ ਫੌਲ ਹੋ ਗਿਆ ਹੈ ਨਾਲੇ ਆਪਾਂ ਨੰਬਰ ਜ਼ਰੂਰ ਪੁੱਛਦੇ ਹਾਂ ਕਿ ਦੱਸ ਦੇ ਮੇਰੇ ਖਾਤੇ ਕਦੇ ਹੋ ਗਏ ਅੱਧੋ ਅੱਧਾ ਫਰਕ ਪੈ ਗਿਆ ਹੈ ਲੈ ਵੀ ਦਸ ਤੇ ਪੰਜ ਆ ਜੀ ਤੁਸੀਂ ਆਪਣੇ ਆਪ ਨੂੰ ਫੱਬੀ ਮਾਰ ਕਰਾਉਂਦਾ ਤੇਰੇ ਵੀ ਵੱਖਰੇ ਰਿਕਾਰਡ ਇਹਨਾਂ ਖੇਡ ਗਰਾਉਂਡਾਂ ਦੇ ਵਿੱਚ ਖੰਡ ਵਾਲੇ ਗੋਪੇ ਦੇ ਨਾਲ ਜਦੋਂ ਮੇਰੇ ਖਿਆਲ ਚ ਕੋਈ ਟੂਰਨਾਮੈਂਟ ਹੋਵੇਗਾ ਜਿਹੜਾ ਨਾ ਜਿੱਤਿਆ ਹੋਵੇ ਉਧਰ ਲੰਗਰ ਕਮੇਟੀ ਵਾਲੇ ਸਾਡੇ ਵੀਰ ਕਹਿ ਰਹੇ ਅਪੁਆਇੰਟਮੈਂਟ ਹੋਈ ਸੀ ਇੱਕ ਦਿਨ ਦੀ ਤੇ ਗੱਲਾਂ ਬਾਤਾਂ ਦੂਜੇ ਦਿਨ ਜਾ ਗਈਆਂ ਹੈ ਜਿਹੜੇ ਭਰਾਵਾਂ ਨੇ ਲੰਗਰ ਛਕਣਾ ਹੋਈ ਸਕਦਾ ਲੰਗਰ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਮੈਂ ਵੀ ਨੰਬਰਦਾਰਾ ਠੰਡਾ ਜਾਂ ਖੜਾ ਭਾਵੇਂ ਕੋਈ ਟੱਪਾ ਉਧਰ ਗੰਗਾ ਨਗਰ ਦੁੱਧ ਪੀਤਾ ਹੈ ਤੇ ਕਿੰਨਾ ਨੇ ਘੜਪ ਘੜਪ ਕਰਕੇ ਦੁੱਧ ਵਾਲੇ ਰਾਮਾਂ ਵਿੱਚ ਪਾ ਦਿੱਤਾ ਉਧਰ ਦਿਲੀਪ ਕੋਚ ਜੀ ਆਏ ਹੈ ਕਿਰਪਾਲ ਸਿੰਘ ਵਾਲਾ ਪਿੰਡ ਹੈ ਜਗਦੀਪ ਕੋਚ ਸਾਹਿਬ ਨੇ ਆਪਣਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੈ ਉਧਰ ਬਈ ਰਾਜੀ ਹੁਣੀ ਬੈਠੇ ਬੈਠੇ ਉਹਨਾਂ ਨੂੰ ਮਾਰਦੇ ਹੈ ਅਮਨਦੀਪ ਯੂਐਸਏ ਵਾਲਾ ਤੇ ਨਾਲ ਰਿੱਕੀ ਹੁਣੀ ਦਾਲ ਬਈ ਜਗਦੀਪ ਹੁਣੀ ਕਹਿੰਦੇ ਜੰਪੀ ਜਿਹੜੇ ਟੂਰਨਾਮੈਂਟ ਦੇ ਆਗੂ ਤੇ ਉੱਥੇ ਪਾਉਣੀ ਬਈ ਸਮੂਤਰਾ ਰਵਾਨ ਕਰਾਂਗੇ ਵੱਡੇ ਮਾਨ ਕਰਾਂਗੇ ਕਵੇਰੀਆਂ ਦਵਿੰਦਰ ਕੌਰ ਹੋ ਕਿੰਨੀ ਭਾਗਾਂ ਵਾਲੀ ਮਾਂ ਜਿਹਦੇ ਪੁੱਤਰ ਦਾ ਬੋਲਦਾ ਸਤਕਾਰਾਂ ਵਿੱਚ ਨਾ ਅਮਰੀਕ ਖੁਸਿਆ ਨਸ਼ਿਆਂ ਤੋਂ ਦੂਰ ਹੋ ਗਿਆ ਤੇ ਬਬਲੂ ਦਾ ਜੱਗ ਤੇ ਮਸ਼ਹੂਰ ਹੋ ਗਿਆ ਪਬਲੂ ਹੈ ਜੱਗ ਤੇ ਮਸ਼ਹੂਰ ਹੋ ਗਿਆ ਇੱਧਰ ਗੰਗਾ ਨਗਰੀ ਆ ਤਰਸੇਮ ਲੈ ਵੀ ਬਿੱਲੂ ਚੇਲੇ ਨੇ ਬਾਲ ਲਾਈ ਹੈ ਹੁਣ ਤੂੰ ਵੀ ਆਪਣੇ ਆਪ ਨੂੰ ਖੱਬੀ ਗਾਣ ਗਾਉਣਾ ਹੈ ਪੰਜ ਹੋਰ ਖੜੇ ਹੈ ਬੇਸ਼ੱਕ ਖੜੇ ਰਹਿਣ ਦੇ ਪਰ ਸਵਾਲ ਤੇ ਤਾਂ ਹੀ ਆਉਣਾ ਹੈ ਜੇ ਤੂੰ ਬਬਲੂ ਦੇ ਬਾਲ ਮਾਰਦਾ ਨਜ਼ਾਰਾ ਤੇ ਤਾਂ ਹੀ ਆਉਣਾ ਹੈ ਉੱਧਰ ਜਸ਼ਨ ਬੈਠਾ ਹੈ ਆਈ ਗੈਂਗ ਦਾ ਕਹਿੰਦੇ ਕਰਤਾ ਤੇ ਧਰਤਾ ਵਿਸ਼ੇਸ਼ ਤੌਰ ਤੇ ਧਰਮ ਬੱਬੀ ਦੀਪ ਸਿੰਘ ਵਾਲਾ ਇਹ ਵੀ ਪ੍ਰਧਾਨਗੀ ਲੈਣ ਨੂੰ ਫਿਰਦਾ ਆਈ ਗੈਂਗ ਦੀ ਬੱਬੀ ਦੀਪ ਸਿੰਘ ਵਾਲੀ ਆਈ ਗੈਂਗ ਦੀ ਪ੍ਰਧਾਨਗੀ ਲੈਣ ਨੂੰ ਫਿਰਦਾ ਹੈ ਇਹਦਾ ਵੀ ਧੰਨਵਾਦ ਲੰਗਰ ਕਮੇਟੀ ਵਾਲੇ ਵੀਰ ਕਹਿੰਦੇ ਵੀਰੇ ਇੱਕ ਦਿਨ ਦੀ ਅਪੁਆਇੰਟਮੈਂਟ ਹੋਈ ਸੀ 26 ਤਰੀਕ ਦੀ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਹੀ ਜਾਣਾ ਹੈ ਲੈ ਵੀ ਬਬਲੂ ਕਰਦੇ ਪੰਜ ਵਾਲਾ ਕਰਾਉਸ ਬਈ ਮਨਪ੍ਰੀਤ ਭੰਦੂ ਸਾਡਾ ਵੀਰ ਕੁੰਕਰੀ ਬੁੱਟਰਾਂ ਦੇ ਵੀਰ ਕਹਿੰਦੇ ਆਪਾਂ 500 ਦੇਵਾਂਗੇ ਜੇ ਬਬਲੂ ਪੰਜ ਵਾਲਾ ਕਰਾਉਸ ਕਰਦਾ ਹੈ ਤੇ 500 ਦੇ ਮਾਨ ਤੇ ਸਨਮਾਨ ਹੋਣਗੇ ਲੈ ਵੀ ਦਮਣਿਆ ਹੋ ਤਗੜਾ ਦਮਣੇ ਦਾ ਕਹਿੰਦੇ ਸੋਈਆਂ ਪਿੰਡ ਹੈ ਜਦੋਂ ਖੇਡਿਆ ਦਾ ਖੇਡ ਮੈਦਾਨਾਂ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਪ੍ਰਦੇਸ਼ਾਂ ਦਾ ਵੀ ਫੇਰਾ ਪਾ ਕੇ ਆਇਆ ਹੈ ਪ੍ਰਦੇਸ਼ੀ ਵੀ ਕਹਿੰਦੇ ਐਨ ਮੁੰਡੇ ਦੇ ਰਹਿਣ ਵਸੇਰੇ ਰਹੇ ਕਿਤੇ ਹੋਰ ਬਾਲ ਹੋਈ ਹੈ ਪੰਜਾਬ ਦਾ ਕਹਿੰਦੇ ਕੋਈ ਬਾਬਾ ਜੀ ਦੇ ਪੈਰ ਤੇ ਇੱਕ ਦਿਨ ਕਰ ਦੂੰ ਮੈਦਾਨਾਂ ਵਿੱਚ ਕਹਿਰ ਇੱਕ ਦਿਨ ਕਰ ਦੂੰ ਮੈਦਾਨਾਂ ਵਿੱਚ ਕਹਿਰ ਲੈ ਵੀ ਫਤਿਹਗੜ੍ਹ ਵਾਲਿਆ ਏਦਾਂ ਦੇ 2-4 ਟੱਪੇ ਹੋਰ ਪਾਉਣੇ ਪੈਣੇ ਹੈ ਲੈ ਵੀ ਦਬੜਿਆ ਹੋ ਜਾ ਤਗੜਾ ਨਾਲ ਮੋਟੂ ਹੋਣਾ ਇੱਧਰ ਰੌਲੀ ਵਾਲੇ ਮਨਦੀਪ ਜੀ ਕਹਿੰਦੇ ਆਹ ਗਰਾਊਂਡ ਲੱਕੀ ਹੈ ਹੱਥੀ ਗਰਾਊਂਡ ਬਣਾਉਂਦਾ ਮੇਰੇ ਮਿੱਤਰੋ ਤੇ ਗਰਾਊਂਡ ਵੀ ਕਹਿੰਦੇ ਵਰ ਦਿੰਦਾ ਗੱਲ ਇਹ ਵੀ ਪੱਕੀ ਹੁੰਦੀ ਹੈ ਗੱਲ ਕਹਿੰਦੇ ਵੀ ਪੱਕੀ ਹੈ ਆਵੇ ਗੱਭਰੂਆ ਉੱਧਰ ਰਿਆਸੀ ਕਰਾਰ ਵਾਲਾ ਹੈਲੋ ਉਧਰ ਬਾਈ ਅਮਨਾ ਸਾਡਾ ਵੀਰ ਬੁੱਟਰ ਸਾਹਿਬ ਇੱਥੇ ਆਵਾਜ਼ ਨੂੰ ਸੁਣਦੇ ਹੈ ਬਾਈ ਅਮਰਜੀਤ ਨਾਲ ਕੰਟੈਕਟ ਕਰੂਗੀ ਬਾਈ ਅਮਰਜੀਤ ਨੇ ਅਨੰਦਪੁਰ ਵੀ ਜਾਣਾ ਤੇ ਮੁੰਡਾ ਸਰਦਾਰਾਂ ਦਾ ਸਿਰ ਦਸਤਾਰ ਗਲੇ ਵਿੱਚ ਖੱਡਾ ਤੇ ਅਨੰਦਪੁਰ ਨੂੰ ਜਾਂਦਾ ਏ ਲਾ ਕੇ ਬੁੱਟ ਦੇ ਕੇਸਰੀ ਝੰਡਾ ਅਜੇ ਤੱਕ ਵੀ ਭੁੱਲਿਆ ਨਹੀਂ ਦਿੱਤੀ ਸਿੱਖਾਂ ਜੋ ਕੁਰਬਾਨੀ ਨਾਲੇ ਸੱਚ ਕੇ ਯਾਦ ਕਰੇ ਨਾਲੇ ਪੜਦਾ ਏ ਗੁਰਬਾਣੀ ਨਾਲੇ ਸੱਚ ਕੇ ਯਾਦ ਕਰੇ ਨਾਲੇ ਪੜਦਾ ਏ ਗੁਰਬਾਣੀ ਅਨੰਦਪੁਰ ਸਾਹਿਬ ਦੀਆਂ ਗੱਲਾਂ ਚੱਲਣਗੀਆਂ ਐਨ ਗੱਲਾਂ ਹੋਣਗੀਆਂ ਸਾਡੇ ਵੀਰ ਵੱਡੇ ਸੇਵਾਦਾਰ ਕਰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਜੋ ਬੁੱਢਾ ਜੰਡਲੇ ਦੀ ਧਰਤੀ ਦਾ ਜਿਹੜੇ ਫਰੀਦਕੋਟ ਦਾ ਸਟਾਰ
ਆਲ ਇੰਡੀਆ ਦੀ ਗੱਲ ਹੈ। ਮੈਂ ਵੀ ਪੁੱਟਿਆ ਪਿਛਲੀ ਵਾਰ ਨਾ ਖੁਸ਼ੀ ਨੇ ਐਨ ਕਈ ਭੁਲੇਖੇ ਪਾਏ ਹੈ, ਬੁੱਢੇ ਨੂੰ ਵੀ ਉਹ ਸਮਾਂ ਯਾਦ ਹੋਣਾ, ਇੱਕ ਸਾਲ ਹੀ ਬੀਤਿਆ ਹੈ, ਇੱਕ ਸਾਲ ਹੀ ਹੋਇਆ ਹੈ, 365 ਦਿਨ ਹੋਏ ਹੈ, 8760 ਘੰਟੇ ਐਨ 52 ਹੁੰਦੇ ਆ, ਪਟੋਰੀ ਵਾਲਾ ਨਾ ਰਲੀ ਵਾਲਾ ਦੀਪ ਸਿੰਘ ਗਿੱਲੋਂ ਪਨਿਆਰੀ ਜਿੱਤੀ ਵੀਰੇ ਪਨਿਆਰੀ ਵੀਰੇ ਆਪਣੇ ਕਿਸੇ ਭਰਾ ਦਾ ਜੇਠ ਨੂੰ ਫੋਨ ਡਿੱਗਿਆ ਹੈ, ਜੇ ਕਿਸੇ ਵੀਰ ਨੂੰ ਫੋਨ ਲੱਭਦਾ ਕਿਰਪਾ ਕਰਕੇ ਵਾਪਸ ਦੇਓ, ਜ਼ਰੂਰੀ ਕੰਟੈਕਟ ਹੁੰਦੇ, ਜ਼ਰੂਰੀ ਫੋਟੋਆਂ ਹੁੰਦੀਆਂ ਹੈ, ਗੱਲ ਫੋਨ ਲਈ ਵੀ ਵਿੱਚ ਸਿਰਫ ਬੜੇ ਇੰਪੋਰਟੈਂਟ ਨੰਬਰ ਹੁੰਦੇ ਹੈ, ਉਸ ਵੀਰ ਦਾ ਵਿਸ਼ੇਸ਼ ਤੌਰ ਤੇ ਸਾਡੇ ਭਰਾ ਜਾਂ ਆਪਾਂ ਮਾਨ ਸਨਮਾਨ ਕਰਾਂਗੇ। ਜਿਹੜੇ ਵੀਰ ਨੂੰ ਜੇਠੂ ਫੋਨ ਲੱਭਦਾ ਸੈਮਸੰਗ ਜੇਠੂ ਫੋਨ ਹੈ, ਜਿਹੜੇ ਵੀਰ ਨੂੰ ਲੱਭਦਾ ਹੈ ਵਾਪਸ ਕਰਨ ਦੀ ਕਿਰਪਾਲਤਾ ਕਰ ਦਿਓ। ਮੋਬਾਇਲ ਡਿੱਗਿਆ ਸਾਡੇ ਵੀਰ ਦਾ, ਮੈਂ ਵੀ ਪਿੱਤਰਾ ਗੱਲ ਇਹ ਵੀ ਪੱਕੀ ਆ, ਬੁਲਾਇਣ ਗਈ ਸਹੇਲੀ ਦੇ ਡਿੱਗਿਆ ਫੋਨ, ਕਿਸੇ ਕਿਸੇ ਦੀ ਬੋਲਦੇ ਹੈ, ਜੇ ਤੇਰਾ ਮੋੜ ਆਇਆ ਤੇ ਤੂੰ ਕਰਵਾ ਲਾ ਧਾਗਾ ਮੇਰੇ ਵੀਰ, ਤੇ ਜਿਹੜਾ ਮੋੜ ਗਿਆ ਉਹ ਕਹਿੰਦੇ ਵੱਡੀ ਇਮਾਨਦਾਰੀ ਵੀ ਮਸਾਲ ਪੈਦਾ ਕਰੂ ਇਸ ਧਰਤੀ ਨੇ, ਜੇ ਕਿਸੇ ਨੂੰ ਲੱਭਦਾ ਖੇਡੂ ਮੇਰੇ ਵੀਰ ਦੇ ਜੋ ਲਓ ਤਗੜਾ ਮੈਚ ਲੈ ਵੀ ਜੱਸੂ ਹੋ ਜਾ ਤਗੜਾ ਖੇਡ ਮਰਾਜ, ਮੈਂ ਵੀ ਕਲਾਰਾ ਵਾਲਿਆ ਫੜਨਾ ਕੋਈ ਬਾਲ। ਉਧਰ ਹਰਦੀਪ ਸੰਧੂ ਕਨੇਡਾ, ਬੁੱਢਾ ਜਿੰਨੇ ਬਲਾਕ ਕਰਦਾ ਬੰਦਾ ਉਹਨੇ 100-100 ਦੇ ਨੋਟ ਹੋਣਗੇ, ਮੈਂ ਵੀ ਬੁੱਢਿਆ ਜਿੰਨੇ ਬਲਾਕ ਬੰਦਾ ਕਰੇਗਾ ਉਹਨੇ 100-100 ਦੇ ਨੋਟ। ਇੱਧਰ ਤਰਸੇਮ ਬੁੱਢਾ ਤੇ ਨਾਲ ਜਿਹੜੇ ਮਗਰ ਦੋ ਡਿਫੈਂਸਰ ਖੜੇ ਆ ਖੇਡੋ ਪੰਜਾਬ ਰੌਲੀ ਦੀ ਟੀਮ ਵਿੱਚ, ਇੱਕ ਪਾਸੇ ਰਾਜੂ ਖੜਾ ਜਿਹਦਾ ਭਾਰੀ ਸਰੀਰ ਹੈ, ਦੂਜੇ ਪਾਸੇ ਪਾਲਾ ਖੜਾ ਹੈ, ਇਹ ਉਹ ਡਿਫੈਂਸਰ ਹੈ ਐਨ ਕਹਿੰਦੇ ਅਟੈਕਰ ਥੱਕੇ ਜਾਂਦੇ ਬਾਲਾ ਮਾਰਦੇ ਪਰ ਇਹ ਬਾਲਾ ਨਹੀਂ ਖਾਂਦੇ। ਰਾਜੂ ਜਿਹੜਾ ਇੱਧਰਲੇ ਪਾਸੇ ਖੜਾ ਤਰਸੇਮ ਦੇ ਲੈਫਟ ਸਾਈਡ ਖੱਬੇ ਪਾਸੇ, 16 ਸਾਲ ਹੋ ਗਏ ਵਾਲੀਬਾਲ ਖੇਡ ਆ ਰਿਹਾ ਹੈ, ਪਾਲਾ ਕਹਿੰਦੇ ਘੱਟ ਹੀ ਗਲਤੀ ਕਰਦਾ ਦੁਨੀਆਂ ਕਹਿੰਦੀ ਹੈ, ਤੂੰ ਥੰਬ ਡਿਫੈਂਸਰ ਖੜੇ ਹੈ ਖੇਡੋ ਪੰਜਾਬ ਸਪੋਰਟਸ ਕਲੱਬ ਰੋਲੀ ਦੀ ਟੀਮ ਤੇ ਵੀ ਖੇਡ ਰਿਹਾ ਹੈ, ਜਿੱਤਣ ਵਾਲੀ ਟੀਮ ਦਾ ਕਹਿੰਦੇ ਫਾਈਨਲ ਦਾ ਗ੍ਰੈਂਡ ਫਿਨਾਲੇ ਹੋਣਾ, ਕੁਕਰੀ ਹੋਟਲ ਦਾ ਕੱਪ ਹੈ। ਸੰਦੀਪ ਸਰਾਹ ਵੀ ਬੈਠਾ ਸਿੰਘ ਅਮਰ ਵਾਲਾ, ਉਧਰਲੇ ਪਾਸੇ ਗੁਰਦੀਪ ਉਣੀ ਬੈਠੇ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਨਵ ਜੱਸੂ ਨੱਥੂ ਵਾਲੇ ਦੀ ਧਰਤੀ ਦਾ। ਆਓ ਵੇਖੋ ਕਾਸੇ ਦੀ ਭੀੜ ਪੈ ਗਈ ਤੇ ਪੈਂਦੀ ਆਈ ਹੈ, ਬਈ ਅਮਰਜੀਤ ਕਹਿੰਦਾ ਮੈਂ ਬਈ ਕਣਕਿਆਂ ਨਾਲ 7 ਵਜੇ ਆਨੰਦਪੁਰ ਵਾਲੀ ਬੱਸ ਜਿਹੜਾ ਮੇਰਾ ਸਹਾਰਾ ਕਰੋ। ਉਧਰ ਮਾਂ ਤੇ ਬੱਤੀਆਂ ਸ਼ੀਸ਼ੀ ਦਾ ਸਟੇਜ ਤੇ ਵਿਰਾਜਮਾਨ ਅਮਰਜੀਤ, ਇੱਥੇ ਭੇਜਦੇ ਹੀ ਅਮਰਜੀਤ ਕਰ ਦੋ ਸਹਾਰਤਾ, ਅਮਰਜੀਤ ਚਲਾ ਇੱਥੇ ਬਾਬੇ ਜੀ ਬੈਠੇ, ਬਾਬੇ ਆਪਣੇ ਸਤਿਕਾਰ ਦੇ ਸੱਚਨ ਉੱਚੀਆਂ ਦੇ ਸੱਚੀਆਂ ਸ਼ੀਸ਼ੀ ਦਾ ਸਟੇਜ ਤੇ ਵਿਰਾਜਮਾਨ ਦਾ ਗੱਲ ਕਰਦੇ ਹੈ। ਲਓ ਬਾਈ ਆ ਰਿਹਾ ਅਮਰਜੀਤ ਦਾ, ਕਰ ਦੋ ਜੀ ਸਹਾਰਤਾ। ਉਧਰ ਸਮੱਚੀ ਲੰਗਰ ਕਮੇਟੀ ਲਈ ਆਪਾਂ ਧੰਨਵਾਦ ਕਰਾਂਗੇ, ਜਿੰਨਾ ਦੱਸਦੇ ਵੀਰੇ ਦੇਖੋ ਕਿੰਨੀ ਸੰਗਤ ਆਈ, ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ, ਜਿੱਥੇ ਪ੍ਰੇਅਰ ਪਹੁੰਚੇ ਦਰਸ਼ਕ ਦੀਆਂ ਦੂਰੋਂ ਦੂਰੋਂ ਇਸ ਟੂਰਨਾਮੈਂਟ ਨੂੰ ਦੇਖਣ ਦੇ ਲਈ ਹਿੱਸਾ ਲਿਆ, ਸਾਰੇ ਹੀ ਦਰਸ਼ਕਾਂ ਦਾ ਆਪਾਂ ਧੰਨਵਾਦ ਕਰਾਂਗੇ। ਉੱਥੇ ਪ੍ਰਬੰਧਕੀ ਕਮੇਟੀ ਦਾ ਆਪਾਂ ਦਿਲ ਦੀਆਂ ਗੈਰਾਂ ਕਰਾਂ ਤੇ ਧੰਨਵਾਦ ਕਰਾਂਗੇ। ਦਰਸ਼ਕੀਰ ਵੀ ਸੋਭਾ ਤੋਂ ਲੈ ਕੇ ਨਵੀਂ ਸ਼ੁਰੂਆਤ ਦਾ ਘੋੜਾ ਦੀ ਗਿਣਤੀ ਜਿਹੜੀ ਨਹੀਂ ਕਦੀ, ਕਿਉਂਕਿ ਇਹ ਮੈਚ ਪਹਿਲਾਂ ਵੀ ਖੇਡੇ ਗਏ ਤੇ ਇਸ ਤੋਂ ਬਾਅਦ ਵੀ ਖੇਡੇ ਜਾਣੇ, ਆਪਾਂ ਇਹਨਾਂ ਮੁਕਾਬਲਾ ਕਰਨ ਦੀ ਬਾਕੀ ਹੈ। ਕਹਿੰਦਾ ਬੰਦਾ ਸੋਨੇ ਦੀਆਂ ਹੋਣੀਆਂ ਕਿ ਹੋਇਆ ਟੋਕਰੀ ਗੁਜਰਾ ਟੂਰਨਾਮੈਂਟ ਤੇ ਰੌਣਕਾਂ ਦਰਸ਼ਕਾਂ ਨੇ ਲਾਉਣੀਆਂ ਨੇ, ਇਹ ਵੀ ਵੱਡੀ ਗੱਲ ਕੀਤੀ ਮੈਂ ਸਾਰੀਆਂ ਪੌੜੀਆਂ ਨੇ, ਪਰ ਇਹ ਗੱਲ ਸਮੇਂ ਦੀ ਹੋਵੇਗੀ ਕਿਹੜੀਆਂ ਭਾਗਾਂ ਵਾਲੀਆਂ ਟੀਮਾਂ ਹੋਣਗੀਆਂ ਜਿਹਨਾਂ ਨੇ ਟਰਾਫੀਆਂ ਦੇ ਨਾਲ ਤੇ ਮੋਟਰਸਾਈਕਲਾਂ ਦੇ ਨਾਲ ਫੋਟੋਆਂ ਖਿਚਵਾਉਣੀਆਂ ਨੇ, ਇਹ ਵੀ ਗੱਲ ਸਮੇਂ ਦੀ ਹੋਵੇਗੀ। ਦੇਖਣ ਜੋ ਗੱਲ ਹੋਣੀ ਹੈ ਕਿ ਇਹਨਾਂ ਦੇ ਪਾਸੇ ਰੌਲੀ ਵਾਲਾ ਪਰ ਗੰਗਾ ਨਗਰ ਵਾਲਾ ਐਨ ਕਹਿੰਦੇ ਮੁੰਡਾ ਅੱਜ ਫਿੱਟ ਹੋਇਆ ਫਿਰਦਾ ਹੈ, ਗੱਲ ਹੁਣ ਪਤਾ ਲੱਗਣਾ ਕਿ ਫਾਈਨਲ ਦੇ ਵਿੱਚ ਕਿਹੜੇ ਖਿਡਾਰੀ ਨੇ ਮੋਟਰਸਾਈਕਲ ਦੇ ਕੋਈ ਵੀ ਗਿਫਟ ਮਾਰਨੀ ਹੈ, ਅੱਜ ਬੈਸਟਾਂ ਦੇ ਵੀ ਮੋਟਰਸਾਈਕਲ ਦਿੱਤੇ ਜਾ ਰਹੇ ਹੈ। ਉਧਰਲੇ ਪਾਸੇ ਬੜਾ ਵੱਡਾ ਧੰਨਵਾਦ ਸਟੇਟ ਦੀ ਰੌਣਕ ਨੂੰ ਜਵਾਦਾ ਕੀਤਾ ਸਰਦਾਰ ਰਘਵੀਰ ਬੁੱਤਰ ਜੀ, ਉਹਨਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ, ਆਪਾਂ ਜੇ ਡਾਕਟਰ ਕੁਲਦੀਪ ਸਿੰਘ ਜੀ ਕਹੀਏ ਕੇ ਡੀ ਓ ਸਾਹਿਬ ਤੇ ਗੱਲ ਫੇਰ ਟਕਾਣੇ ਲੱਗ ਰਹੀ ਹੈ, ਡਾਕਟਰ ਸਾਹਿਬ ਵੀ ਬੈਠੇ ਆ, ਬਲਦੇਵ ਸਿੰਘ ਜੀ ਬੁੱਤਰ ਸਾਹਿਬ ਦਾ ਸਰਪੰਚ ਸਾਹਿਬ, ਸਰਦਾਰ ਗੁਰਮੇਲ ਸਿੰਘ ਜੀ ਜਵੰਦਾ ਦੀਪ ਜਵੰਦਾ ਵਰਦਾ ਯੂਐਸਏ ਵਿੱਚ ਫਾਦਰ ਸਾਹਿਬ ਬੈਠੇ, ਇੱਕ ਪਿਤਾਲੀ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ, ਅਮਨ ਪੁੱਤਰ ਤੇ ਦੀਪ ਜਵੰਦਾ ਦੋ ਇਨਸਾਨ ਕੋਲ ਇਨਸਾਨ ਹੈ,
ਸੈਮੀਫਾਈਨਲ ਮੈਚ ਹੈ ਵੀਰੇ, ਸੈਮੀਫਾਈਨਲ ਪੁਆਇੰਟ ਦੱਸਦੇ ਵੀਰੇ, ਇੱਕੋ ਮਿੰਟ। ਉੱਥੇ ਅਮਨ ਪੁੱਤਰ ਤੇ ਦੀਪ ਜਵਾਦੇ ਦੀ ਜੋੜੀ ਪਹੁੰਚੀ ਹੈ। ਇੱਕ ਗੱਲ ਪੱਕੀ ਆ, ਕਿਤੇ ਵੀ ਜਾ ਕੇ ਆਪਣਾ ਨਾਮ ਨਹੀਂ ਲਿਖਾਇਆ ਕਿ ਅਮਨ ਪੁੱਤਰ ਆ ਗਿਆ ਜਾਂ ਰਣਜੀਤ ਪੁੱਤਰ ਜਾਂ ਦੀਪ ਜਵਾਦਾ। ਕਿਤੇ ਵੀ ਜਾ ਕੇ ਲਿਖਾਈ ਇੱਕੀ ਗੱਲ ਪੱਕੀ ਤੇ ਲਿਖਾਈ ਹੈ ਕਿ ਕੁਕਰੀ ਬੁੱਟਰਾਂ ਦੀ ਸਬੂਤੀ ਕਮੇਟੀ ਵੱਲੋਂ ਆਹ ਆਸ਼ਕਾ ਹੋਏ ਆ। ਇੱਕ ਵਾਰੀ ਤਾਲੀ ਮਾਰ ਦੋ ਦੀਪ ਜਵਾਦਾ ਤੇ ਅਮਨ ਪੁੱਤਰ ਦੇ ਨਾਂ ਦੇ ਬੰਦੇ ਬਾਂਦੇ ਕਰਦੇ ਆ। ਸੱਚੇ ਆਸ਼ਕ ਇਸ ਖੇਡ ਦੇ, ਸੱਚੇ ਬਦਲੋ ਮੁਹੱਬਤ ਕਰਨ ਵਾਲੇ ਵੀਰ ਆ ਸਾਡੇ। ਗੁਰਦੇਵ ਸਿੰਘ ਜੀ ਜਵੰਦਾ ਸਾਹਿਬ ਬੈਠੇ, ਸਰਦਾਰ ਗੁਰਦੇਵ ਸਿੰਘ ਜੀ ਸੰਧੂ ਸਾਹਿਬ ਬੈਠੇ ਹੈ, ਬਾਬਾ ਕਾਲਾ ਮਹਿ ਜੀ ਦੀ ਕਹਿੰਦੇ ਅਪਾਰ ਕਿਰਪਾ ਸੰਧੂ ਵਾਲੇ, ਸੰਧੂ ਸਾਹਿਬ ਬੈਠੇ ਵਿਸ਼ੇਸ਼ ਕਰਦੇ ਧਾਰਮਿਕ, ਉੱਧਰ ਰੇਡੀਓ ਸਾਹਿਬ ਬੈਠੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀਆਂ ਗੱਲਾਂ ਦੇ ਬਾਬਾ। ਉੱਚਾ ਵਿਸ਼ਵਾ ਖੇਡ ਦੇ ਵਿੱਚ ਆਪਾਂ ਦੇਖਾਂਗੇ ਅੱਜ ਆਸ਼ੀਰਵਾਦ ਦੇਣ ਲਈ ਇਹਨਾਂ ਖਿਡਾਰੀਆਂ ਨੂੰ ਬਹੁਤ ਹੀ ਆਪਾਂ ਧੰਨਵਾਦ ਕਰਾਂਗੇ। ਉੱਧਰ ਮਨਪ੍ਰੀਤ ਭੰਗੂ ਕਹਿੰਦਾ ਜੀ ਪੰਜ ਵਾਲਾ ਕ੍ਰੋਸ ਕਰਦਾ ਬਦਲ ਫਤਿਹਗੜੀਆ ਤੇ 500 ਦਾ ਬੁੱਕ ਰਹਿੰਦਾ ਹੈ, ਤੇ ਜੇ ਡੀਓ ਸਾਹਿਬ ਮੁੰਡਾ ਪੰਜ ਵਾਲਾ ਕ੍ਰੋਸ ਕਰ ਗਿਆ ਤੂੰ ਪਤਾ ਨਹੀਂ ਲੱਗਣਾ ਕਿ 100 ਦਾ ਬੁੱਕ 500 ਦੇ ਉੱਤੇ ਰੱਖਾਂ ਕਿ ਥੱਲੇ ਰੱਖਾਂ, ਕਿਉਂਕਿ ਮੋਦੀ ਸਾਹਿਬ ਨੇ ਕਹਿੰਦੇ ਰਾਤੋ ਰਾਤ ਹੀ ਸਾਰੀ ਕਰੰਸੀ ਬਦਲ ਕੇ ਰੱਖ ਦਿੱਤੀ, ਨਹੀਂ ਤੇ ਘਰ ਵਾਲੀ ਤੋਂ ਪੁੱਛੇ ਬਿਨਾ ਬੰਦਾ ਪੈਰ ਨਹੀਂ ਭੰਨ ਸਕਦਾ। ਉਹ ਇੱਕ ਛੜੇ ਬੰਦੇ ਦੀ ਮੌਜ ਹੀ ਸੀ ਜਿਹਨੇ ਲੁਹਦਿਆਂ ਰਾਤੋ ਰਾਤ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ, ਨਹੀਂ ਤੇ ਘਰ ਵਾਲੀ ਤੋਂ ਪੁੱਛੇ ਬਿਨਾ ਬੰਦਾ ਟੀਵੀ ਦਾ ਚੈਨਲ ਨਹੀਂ ਬਦਲਦਾ। ਮੈਂ ਵੀ ਦਮੜਿਆਂ ਤੋਂ ਜਿੰਨੀਆਂ ਵਾਲਾਂ ਮੋੜਦਾ ਹੈ, ਸੂਈ ਵਾਲਾ ਸਟੈਂਡਰ ਕਹਿੰਦਾ ਆਪਾਂ ਉਨੀ 1100 ਦੇ ਮਾਲ ਕਰਦੇ ਹੈ, ਦਮਣਾ ਸੂਈਆਂ ਵਾਲਾ ਜਿੰਨੀਆਂ ਵਾਲਾ ਮੋੜੂ, ਸੂਈਆਂ ਦਾ ਸਤਿੰਦਰ ਕਹਿੰਦਾ ਉਹਨੇ 1100 ਦੇ ਮਾਣ ਕਰਾਂਗੇ। ਭੈਣੀਏ ਦੇ ਵੀਰ ਆਪਣੀ ਗੱਡੀ ਕੋਲੇ ਪਹੁੰਚੇ, ਭੈਣੀ ਬਾਈਏ ਦੀ ਟੀਮ ਆਪਣੀ ਗੱਡੀ ਕੋਲੇ ਪਹੁੰਚੇ, ਸਾਡੇ ਵੀਰ ਬੇਨਤੀ ਹੈ ਲੈ ਵੀ ਦਮਣਿਆ ਜਿੰਨੀਆਂ ਵਾਲਾ ਮੋੜੇ ਆ, ਝੱਖੜ ਵਾਲੇ ਦੇ ਵੀਰ ਵੀ ਆਪਣੀ ਗੱਡੀ ਕੋਲੇ ਪਹੁੰਚੇ, ਝੱਖੜ ਵਾਲੀ ਵੀਰਾਂ ਨੂੰ ਬੇਨਤੀ ਹੈ ਉਹ ਸਾਡੇ ਵੀ ਆਪਣੀ ਗੱਡੀ ਕੋਲੇ ਪਹੁੰਚਣ। ਨਵੀਂ ਦਮਣਾ 1100 ਵਾਲ ਜਿਹੜੀ ਕਹਿੰਦਾ ਹੈ ਇਹ ਦਮਣਾ ਕਹਿੰਦੇ ਸੂਹੀਆਂ ਦੀ ਧਰਤੀ ਦਾ। ਲੋਕ ਪੰਡੋਰੀ ਵਾਲਾ ਜਿਹੜਾ ਜਾਈ ਤੇ ਆਇਆ ਹੋਇਆ ਹੈ, ਸੇਵੇ ਨੰਬਰ ਇੱਕ ਵਾਰੀ ਜ਼ਰੂਰ ਦੱਸ ਦੇਣੀ, ਸਾਡੇ ਇੱਧਰ ਪਵਨ ਵੀਰ ਬੈਠੇ ਆ ਟਰਾਲੀ ਵਾਲੀ ਸਕੀ ਤੇ, ਉਹ ਵੀ ਦੱਸੀ ਪੁੱਛ ਕੇ ਨੰਬਰ ਵੀਰ ਬਣ ਕੇ ਆਉਣਾ ਤਾਂ ਇਹਦੇ ਘਰੋਂ। ਤਕਰੀਬਨ 1500 ਤੋਂ ਗੱਡੀ ਜਿਹੜੀ ਮੁੜ ਕੇ ਆਈ ਹੈ ਢਿੱਲੋ ਸਾਹਿਬ ਦੇ ਖਿਆਲ ਦੇ ਵਿੱਚ, 1500 ਜਣਾ ਅੱਜ ਲਾਈਵ ਦੇਖਦਾ ਸੀ ਉਹਦੇ ਛੋਟੀ ਵਾਲੀ ਵਾਲੇ ਫਾਸਟ ਸਾਡੇ ਭਰਾ ਦਾ ਆਈ ਪੀ ਐਲ ਦਾ ਵੀ ਬਹੁਤ ਧੰਨਵਾਦ ਕਰਾਂਗੇ, ਉਹਨੇ ਜਲਦੀ ਜਲਦੀ ਅੱਜ ਟੂਰਨਾਮੈਂਟ ਲਾਈਵ ਕੀਤਾ ਗਿਆ। ਅਠਾਰਾਂ ਹੋ ਗਏ ਵੀਰੇ, ਅਠਾਰਾਂ ਹੋ ਗਏ ਵੀਰੇ, ਬੱਲੀ ਗੱਲ ਬੱਲੀ ਵੀਰੇ, ਵੈਲਕਮ ਲਾਈਵ, ਥੈਂਕ ਯੂ ਸੋ ਮਚ। ਮੈਂ ਵੀ ਦਮਣਿਆ ਹੋ ਦਮਣਾ, ਸੂਈਆਂ ਦਾ ਸਤਿੰਦਰ ਕਹਿੰਦਾ ਜਿੰਨੀਆਂ ਵਾਲਾ ਦਮਣਾ ਮੋੜਦਾ 1100 ਦੇ ਮਾਲ ਕਰਾਂਗੇ, ਪਰ ਅੱਜ ਕਹਿੰਦੇ ਮੋਟੂ ਦੀ ਗੱਡੀ ਥੋੜੀ ਅਨਫਿਟ ਕਰਦੀ ਹੈ। ਪਟੋਰੀ ਵਾਲੇ ਬਿੰਦੂ ਤੋਂ ਕਹਿੰਦੇ ਫਾਊਲ ਹੋ ਗਿਆ ਤੇ ਬਾਲ ਜਿਹੜੇ ਆਊਟ, ਮੈਂ ਵੀ ਸਕੋਰ ਵਾਲੇ ਵੀ ਨੰਬਰ ਦੱਸੀ ਕਿੰਨੇ ਕਿੰਨੇ ਹੋ ਗਏ। ਲੇਬਰਾਲ ਹਾਂ ਸੈਂਟਰ ਚ ਨਹੀਂ ਜੀ, ਲੇਬਰਾਲ ਵੀਰੇ ਸੈਂਟਰ ਚ ਆਪਣਾ ਬਬਲੂ ਆ ਫਤਿਹਗੜ੍ਹ 500 ਵਾਲਾ, ਬਬਲੂ ਫਤਿਹਗੜ੍ਹ 500 ਸੈਂਟਰ ਚ। ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਜੀ ਜਿਹਨਾਂ ਨੇ ਅੱਜ ਲਾਈਵ ਦੇਖਿਆ, ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ, ਇਸ ਤੋਂ ਬਾਅਦ ਇੱਕ ਫਾਈਨਲ ਬਾਕੀ ਹੈ। ਬੱਲੀ ਗੱਲ ਵੀਰੇ ਦਿਲੋਂ ਧੰਨਵਾਦ ਤੁਹਾਡਾ, ਬੱਲੀ ਗੱਲ ਸਰੀ ਤੋਂ ਸਾਡਾ ਵੀਰ ਤੇ ਗੱਲਾਂ ਚੱਲਦੀਆਂ, ਕਹਿੰਦੇ ਇੱਕ ਦੋ ਤਿੰਨ ਲਾਈਵ ਦੀਆਂ ਗੱਲਾਂ ਹੁੰਦੀਆਂ ਵਾਲੇ ਵਿੱਚ ਖੇਡ ਮੈਦਾਨ ਚ ਵਾਲੀਬਾਲ ਸ਼ੂਟਿੰਗ ਦੇ ਆਸ਼ਕ ਪੇਜ ਦੀ ਗੱਲ ਹੁੰਦਾ ਹੈ,
ਪੌਸਾਬ ਤੇ ਦਾ ਧੰਨਵਾਦ ਮੰਨੇ ਤਰਖਾਣ ਵਾਲੇ ਦਾ ਰੁੱਡੇ ਵਾਲੇ ਮਿੰਟੂ ਦਾ ਜਸਵਿੰਦਰ ਢਿੱਲੋਂ ਝੱਖੜਾ ਵੀ ਆਓ ਨਿਸ਼ਾਨ ਅੱਜ ਮੋਟਰਸਾਈਕਲ ਜਿਹੜੇ ਦਿੱਤੇ ਜਾ ਰਹੇ ਹੈ ਇਹਨੇ ਕਹਿੰਦੇ ਰੀਤ ਰਿਵਾਜ ਇੱਕ ਪ੍ਰੀਤ ਪਾਈ ਇਸ ਫਿਲਮ ਦੇ ਵਿੱਚ ਜਸਵਿੰਦਰ ਰਣਵੀਰ ਵੀਰੇ ਥੈਂਕ ਯੂ ਸੋ ਮਚ ਜਿਹੜੇ ਦਿੱਤੇ ਜਾਣਗੇ ਮੇਰੇ ਖਿਆਲ ਕਿਸੇ ਗੇਮ ਪੁਆਇੰਟ ਆ ਗਿਆ ਕਸੀ ਭਰਾ ਬਣ ਕੇ ਇੱਧਰ ਲੱਖਾਂ ਵੀ ਆਏ ਨੇ ਕਹਿੰਦੇ ਮੁੰਡਾ ਖੁੰਡਾ ਹੀ ਬਣਿਆ ਫਿਰਦਾ ਮੈਂ ਤਾਂ ਦੇਖਿਆ ਹੀ ਹੋਣਾ ਹੈ ਮੈਂ ਵੀ ਖਰੂਸ਼ ਆ ਰਿਹਾ ਰੂਪ ਹੀ ਬਦਲਿਆ ਪਿਆ ਰੂਪ ਵਾਕੇ ਹੀ ਬਦਲਣਾ ਪਿਆ ਗੱਲ ਇਹ ਵੀ ਪੱਕੀ ਹੈ ਜਦੋਂ ਦੇਖੋ ਸਾਹਮਣੇ ਮੁਕਾਬਲਾ ਕਹਿੰਦੇ ਤਰਨਾ ਹੈ ਬਾਲ ਆਊਟ ਖੇਡਦੇ ਮੈਦਾਨ ਦੇ ਵਿੱਚ ਮੈਂ ਵੀ ਯਾਦੀ ਕਰਾਂ ਉਸ ਤੋਂ ਬਾਅਦ ਫਾਈਨਲ ਬਾਕੀ ਹੈ ਜੀ ਕੋਈ ਬਾਲ ਜੱਸੂ ਵਾਲੇ ਟੂਰਨਾਮੈਂਟ ਦੇ ਬੱਲੇ ਬੱਲੇ ਕਰਵਾਈ ਹੈ ਮੈਂ ਵੀ ਤਗੜੇ ਕਹਿੰਦੇ ਜੱਸੂ ਨੂੰ ਕੋਈ ਬਾਲ ਮਾਰਨੀ ਪੈਣੀ ਹੈ ਨੰਬਰਦਾਰਾ ਅੱਜ ਠੰਡਾ ਜਾ ਖੜਾ ਕੋਈ ਟੱਪਾ ਪਾਇਆ ਨੀ ਜੱਸੂ ਜੀ ਇੱਥੋਂ ਮੈਚ ਵੱਡੇ ਨਾਲ ਤੈਨੂੰ ਤਾਂ ਲੱਗੀ ਇਹ ਹੈ ਗੁਰੂ ਦਾ ਖਾਲਸਾ ਕਿ ਹੋਇਆ ਨੀ ਅਜੇ ਕਵੇਰਾ ਚੱਲਦਾ ਏ ਮਾਰਾ ਮੇਰਾ ਦੇਖਦੀ ਟੈਸਟ ਕਰਾ ਕੇ ਕੈਰਤ ਨੀ ਹੋਈ ਉੜੀ ਮਰਦਾਂ ਦੀ ਛਾਤੀ ਨੂੰ ਨਾ ਉਹ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਲੋਕ ਗੱਲਾਂ ਕਹਿੰਦੇ ਹੋਈਆਂ ਸਿੱਖ ਸਰਦਾਰ ਗੱਭਰੂ ਮੈਂ ਵੀ ਕਲਾਰਾਂ ਵਾਲਿਆ ਖੜਨਾ ਕੋਈ ਬਾਲ ਇੱਧਰ ਲਾਸਟ ਨੰਬਰ ਹੈ ਗੰਗਾ ਨਗਰੀਆ ਤਰਸੇਮ ਤੇ ਜਾਂ ਫਿਰ ਪਟੋਰੀ ਵਾਲਾ ਮੈਨੂੰ ਪਾਊਗੀ ਪਟਾਕਾ ਕੋਈ ਕਮਾਲ ਕਰੂ ਇਹ ਆ ਪਟੋਰੀ ਦੀ ਧਰਤੀ ਦਾ ਲੋਕ ਗੰਗਾ ਨਗਰੀਆ ਤਰਸੇਮ ਸਿੰਘ ਬੈਂਕ ਦੇ ਮਿੱਤਰ ਫਿਰ ਦੇ ਗਰਾਮ ਦੇ ਵਿੱਚ ਭਨਿਆਰੀ ਆ ਭਨਿਆਰੀ ਵੀਰੇ ਮੈਂ ਵੀ ਗੰਗਾ ਨਗਰ ਵਾਲਿਆ ਨਾ ਦੇ ਗੱਲ ਟਿਕਾਣੇ ਬੱਲੀ ਬਈ ਭਨਿਆਰੀ ਆ ਘੜਿਆ ਮਿੰਟਾਂ ਤੇਰੀਆਂ ਕਰਦੀ ਜਾਂ ਪਿੱਛੇ ਮੁੜ ਜਾ ਸੋਹਣੀਏ ਨੀ ਇੱਥੇ ਕੋਈ ਨੀ ਤੇਰਾ ਦਰਦੀ ਜਾਂ ਪਿੱਛੇ ਮੁੜ ਜਾ ਸੋਹਣੀਏ ਨੀ ਲਓ ਜੀ ਰੌਲੀ ਖੇਡੋ ਪੰਜਾਬ ਕਲੱਬ ਰੌਲੀ ਫਾਈਨਲ ਚ ਪਹੁੰਚ ਗਈ ਬਾਈ ਤੇ ਭਨਿਆਰੀ ਵਰਸੇ ਖੇਡੋ ਪੰਜਾਬ ਕਲੱਬ ਰੌਲੀ ਭਨਿਆਰੀ ਤੇ ਰੌਲੀ ਫਾਈਨਲ ਜਾਈ ਦੋਵੇਂ ਟੀਮਾਂ ਜੇ ਪਟੋਰੀ ਵਾਲਾ ਜਿੱਤ ਗਿਆ ਨਾ ਤੇ ਇਤਿਹਾਸ ਬਣ ਜਾਣਾ